ਸਤ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੁਖਦਾਈ ਖਬਰ ਆ ਹੁਣੇ-ਹੁਣੇ ਆਇਆ ਜ਼ਬਰਦਸਤ ਪੁਚਾਲ ਹੋਈਆਂ ਇੰਨੀਆਂ ਮੌਤਾਂ ਤੇ 440 ਲੋਕ ਜ਼ਖਮੀ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਹੁਣੇ-ਹੁਣੇ ਜ਼ਬਰਦਸਤ ਪੁਚਾਲ ਆਇਆ ਜਿੱਥੇ ਕਈ ਮੌਤਾਂ ਹੋ ਗਈਆਂ ਨੇ 440 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਸਾਹਮਣੇ ਆ ਰਹੀ ਹੈ ਜੀ ਰਾਤ ਨੂੰ ਜਿੱਥੇ ਤੇਜ਼ ਪੁਚਾਲ ਦੇ ਝਟਕੇ ਰਾਤ ਨੂੰ ਮਹਿਸੂਸ ਕੀਤੇ ਗਏ ਨੇ ਧਰਤੀ ਕੰਬ ਗਈ ਆ ਜਬਰਦਸਤ ਪੁਚਾਲ ਉੱਤਰ ਪੱਛਮੀ ਇਰਾਨ ਦੇ ਸ਼ਹਿਰ ਵਿੱਚ ਆਇਆ ਹੈ ਜਿੱਥੇ ਕੋਈ ਸ਼ਹਿਰ ਵਿੱਚ ਇੰਨਾ ਪੁਚਾਲ ਦੇ ਝਟਕਿਆਂ ਕਾਰਨ 440 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਤੇ 70 ਲੋਕਾਂ ਦੀ ਮੌਤ ਹੋ ਗਈ ਆ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਸਰਕਾਰ ਦੇ ਵੱਲੋਂ ਪ੍ਰਭਾਵਿਤ ਹੋਏ ਇਲਾਕਿਆਂ ਦੇ ਵਿੱਚ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ ਦੱਸਦੀ ਹੈ ਇਸ ਪੁਚਾਲ ਦੀ ਤੀਬਰਤਾ ਰੈਕਟਰ ਪਮਾਨੇ ਦੇ ਉੱਪਰ ਪੰਡ 0.9 ਮਾਪੀ ਗਈ ਆ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਲੋਕਾਂ ਨੂੰ ਮੋੜ ਲਈ ਸਹੂਲਤ ਜਾਰੀ ਕੀਤੀ ਗਈ ਆ ਹਸਪਤਾਲ ਦੇ ਵਿੱਚ ਜਿਹੜੇ ਲੋਕ ਜੇਰੇ ਇਲਾਜ ਹਨ ਧੰਨਵਾਦ